ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੈਲਕਮ ਬੈਕ ਔਨ ਮਾਈ ਚੈਨਲ। ਮੈਂ ਹਾਂ ਹਰਜੀਤ ਸਿੰਘ ਅਤੇ ਮੈਂ ਹਾਂ ਇੰਡੀਆ ਟੂ ਆਸਟ੍ਰੀਆ ਰੋਡ ਟ੍ਰਿਪ 'ਤੇ। ਲਾਸਟ ਵੀਡੀਓ 'ਚ ਅਸੀਂ ਐਕਸਪਲੋਰ ਕੀਤਾ ਸੀ ਹੁੰਜ਼ਾ 'ਚ ਅਤਾਬਾਦ ਲੇਕ ਨੂੰ। ਦੈਨ ਅਸੀਂ 300 ਕਿਲੋਮੀਟਰ ਡਰਾਈਵ ਕਰਕੇ ਤਕਰੀਬਨ 6 ਘੰਟਿਆਂ ਵਿੱਚ ਗਿਲਗਿਟ ਜਗਲੋਰ ਤੋਂ ਹੁੰਦੇ ਹੋਏ ਸਕਰਦੂ ਦੀ ਖੂਬਸੂਰਤ ਸਤਪਾਰਾ ਲੇਕ ਨੂੰ ਦੇਖਣ ਲਈ ਪਹੁੰਚੇ। ਪਾਕਿਸਤਾਨ ਦੀ ਟੂਰਿਸਟ ਪੁਲਿਸ ਬਹੁਤ ਹੀ ਹੈਲਪਫੁਲ ਅਤੇ ਇਮਾਨਦਾਰ ਹੈ। ਇੱਕ ਚੰਗੀ ਮੁਲਾਕਾਤ ਹੋਈ ਪਾਕਿਸਤਾਨ ਦੀ ਟੂਰਿਸਟ ਪੁਲਿਸ ਦੇ ਨਾਲ। ਫਿਰ ਅਸੀਂ 35 ਮਿੰਟ ਦੀ ਡਰਾਈਵ ਕਰਕੇ ਹੁਸੈਨਾਬਾਦ ਵਾਟਰਫਾਲ ਦੇਖਣ ਲਈ ਪਹੁੰਚੇ। ਚਲੋ ਜੀ, ਵਿਜ਼ਿਟ ਹੋ ਗਿਆ ਐਂਡ ਲੋਕਲ ਜੂਸ ਪੀ ਲਿਆ ਅਤੇ ਚੱਲੀਏ ਫਿਰ ਆਪਾਂ ਅੱਗੇ ਨੈਕਸਟ ਲੋਕੇਸ਼ਨ ਵੱਲ। ਆਵਾ ਜੀ ਸਰਫਰੰਗਾ ਕੋਲਡ ਡੈਜ਼ਰਟ। ਇਹਨੂੰ ਕੋਲਡ ਡੈਜ਼ਰਟ ਸਕਰਦੂ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ। ਇੱਥੇ ਲੈਂਦੇ ਹਾਂ ਯਾਰ ਡਰੋਨ ਸ਼ਾਟ ਅਤੇ ਇਸ ਬਿਊਟੀਫੁੱਲ ਲੋਕੇਸ਼ਨ ਨੂੰ ਕਰਦੇ ਹਾਂ ਆਪਾਂ ਕੈਪਚਰ। ਡਰੋਨ ਸ਼ਾਟ ਹੋ ਗਏ ਤਾਂ ਬਹੁਤ ਹੀ ਜ਼ਿਆਦਾ ਵਧੀਆ ਲੱਗਾ। ਇੱਥੇ ਪਾਕਿਸਤਾਨ ਦੀ ਆਰਮੀ ਵੀ ਬਹੁਤ ਮਿਲ ਅਨੁਸਾਰ ਹੈ। ਆਰਮੀ ਦੇ ਨਾਲ ਕੁਛ ਯਾਦਗਾਰ ਪਲ, ਦੈਨ ਆਪਾਂ ਗੱਡੀ ਪਾਣੀ ਹੈ ਜੀ ਵਾਪਸੀ ਨੂੰ। ਮੇਰੇ ਨਾਲ ਦੇ ਸਾਥੀ ਕਹਿੰਦੇ ਨੇ ਕਿ ਆਪਾਂ ਚੱਲੀਏ ਹੁਣ ਵਾਪਸ, ਜਾਂਦੇ ਜਾਂਦੇ ਜਿਹੜੀ ਨਾਰਾਨ ਵੈਲੀ ਆ ਉਹਨੂੰ ਆਪਾਂ ਦੇਖਦੇ ਜਾਣਾ। ਇਸ ਹੋਟਲ 'ਚ ਆਪਾਂ ਸਟੇਅ ਕੀਤਾ ਸੀਗਾ, ਖਾਣਾ ਖਾਧਾ ਸੀਗਾ, ਬ੍ਰੇਕ ਕੀਤੀ ਸੀ। ਹੁਣ ਹੋਟਲ ਦੇ ਸਟਾਫ ਦੇ ਨਾਲ ਕੁਛ ਯਾਦਗਾਰੀ ਪਲ। ਯਾਰ ਇਹ ਵੀਰ ਜੀ ਕਹਿ ਰਹੇ ਨੇ ਕਿ ਇੱਥੇ ਬਹੁਤ ਕੁਛ ਘੁੰਮਾਉਣ ਲਈ ਹੈਗਾ ਸੀ ਪਰ ਇਹਨਾਂ ਨੇ ਘੁਮਾਇਆ ਨਹੀਂ। ਕੀ ਸਾਡਾ ਰਹਿ ਗਿਆ ਘੁੰਮਣ ਵਾਲਾ, ਤੁਸੀਂ ਦੱਸੋ? ਬਹੁਤ ਸੀ ਜਗ੍ਹਾ ਰਹੀ ਹੈ ਸਰ, ਆਪ ਲੋਗ ਤੋ ਦੂਰ ਘੁੰਮੇ ਨਹੀਂ ਇਧਰ? ਆਪ 5-10 ਜਗ੍ਹਾ ਦਾ ਨਾਮ ਬਤਾ ਦੋ ਨਾ ਯਾਰ। ਕਚੂਰਾ ਨਹੀਂ ਗਏ ਆਪ ਲੋਗ? ਕਹਾਂ ਘੁੰਮੇ? ਕੋਲ ਡੈਜ਼ਰਟ ਗਏ ਟੋਟਲੀ, ਔਰ ਮੈਸੂਰ ਆ ਗਏ ਨਾ ਆਪ ਲੋਗ? ਸਦਪਾਰਾ ਤੋ ਆਪਨੇ ਮੰਟੋ ਕਾ ਵਾਟਰਫਾਲ ਨਹੀਂ ਦੇਖੇ? ਕਰ ਕੁਛ ਫੋਨ ਨਹੀਂ ਸੋ ਕੋਈ ਕਚੂਰਾ ਆਪਨੇ ਦੇਖਾ? ਨਹੀਂ ਸਰ, ਕਚੂਰਾ ਨਹੀਂ ਦੇਖਾ ਤੋ ਕਿ ਆਪਕੋ ਤੋ ਵੋ ਹਨੀਮੂਨ ਹੀ ਨਹੀਂ ਹੋਗਾ। ਕਿਆ ਹੈ ਯਾਰ, ਕਿਆ ਸਰ, ਦੇਖੋ ਨਾ ਕਚੂਰਾ ਨਹੀਂ ਦੇਖਾ, ਸਭ ਤੋਂ ਯਹਾਂ ਕੀ ਫੇਮਸ ਪੁਆਇੰਟਸ ਇਨਸਲਟ ਹੋ ਗਈ ਹੈ, ਸਮਝ ਰਹੇ ਹੋ? ਤੇ ਉੱਪਰ ਝੀਲ ਹੈ, ਸਭ ਉੱਪਰ ਬਹੁਤ ਬੜਾ ਝੀਲ ਹੈ, ਵਹਾਂ ਪੇ ਹਰ ਕਿਸਮ ਕੀ ਬੋਟਸ ਹੈ, ਜੈਟ ਸਕੀ ਲੈ ਲੈ ਆਪ, ਸਪੀਡ ਬੋਟ ਲੈ ਲੈ, ਉਸਕੇ ਅੰਦਰ ਇੱਕ ਕੁਏਲੀ ਹੈ, ਸੌ ਕੁਏਲੀ, ਦਰਿਆ ਆਪ ਜੋਰ ਫਿਸ਼ ਕਾ ਵਹਾਂ ਪੇ। ਚਲੋ ਭਾਈ ਸਰ, ਉਸਕੇ ਬਾਅਦ ਇੱਕ ਮਿੰਟ, ਹਾਂਜੀ, ਬਸ਼ੋ ਵੈਲੀ ਹੈ,
सर इन दिनों जो टॉप पे चल रहे पशुवेली और कजुरा नहीं देखा तो सर आप वापस। सर मेरी पार्टी चेंज जाओ भी जाओ, अब मैं इनके पास हूँ, अब मेरी पार्टी चेंज। चलो 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 जाओ, यहाँ से 5 किलोमीटर पे वापस जाए, जंगला देखे अपर कजुरा देखे, पसंद नहीं आया विथ फ्यूल पैसा मैं दे दूंगा। गल करो हम दसो दसो सर, ये तो सर देखे ना उधर से इधर आके कचरा नहीं देखे तो सर सर दिन में क्या अभी घंटे की बात है ना, यहाँ से 4-5 किलोमीटर उधर से ऊपर 3 किलोमीटर ये है देखो, ये मुझे मैप में मिला, ये देखो ये जगह आपने देखा है, यहाँ पे स्टे करना चाहिए रात को होटल में। अच्छा जी, वहाँ से आगे आपने राइट मोड़ा चौक से, राइट पे आधे किलोमीटर पे ये वाकई है जी, अगर आप अपर कचुरा जीत जाए जी 3 किलोमीटर ऊपर है मेटर रोड है। अच्छा जी, मैं मायूस हो गया आपने जगह नहीं देखी। जो ऑफिसर ने गाइड किया इन्हों वीर ने ले लिया सीरियस, कहते नहीं जाना आप अगे, कहते आप वापस जा रहे हैं। अच्छा भाई सीरियस ले ले, फिर किधर जा रहे हैं आप? पुलिस वाले ने बोल दो कि तड़े के अंदर जा रहे हैं। सर हम सिर्फ आपके लिए जा रहे हैं उधर। थैंक यू फॉर गिविंग अस, वापसी में रिव्यू देंगे जरूर। पसंद नहीं आया पैसा वापस। ऐसा हो ही नहीं सकता पसंद नहीं आए, क्योंकि जिस जिस मोहब्बत से आप भेज रहे हो ना वो हो ही नहीं सकता वो पसंद ना आए। ऐसा ही यही रिप्रेजेंट करता है शंगरेला। अच्छा ठीक है ना, ओके तीन पॉइंट है, एक आपने बोला कचोरा लवर कचोरा अपर कचोरा सो वाली ठीक है सर, तीन ही विजिट जिप लाइन भी है, बोर्डिंग भी है, अपर कचोरा स्पीड बोट जिप लाइन जेट स्की जो आपके दिल चाहे सर। ਪਾਰਕਿੰਗ ਦਾ ਕਿੰਨੇ ਰੁਪਏ ਦੀ ਹੈ ਪਾਰਕਿੰਗ ਇੱਥੇ ਜੀ? 150 ਰੁਪਏ ਮੈਂ ਪਾਰਕਿੰਗ ਲੈਤਾ ਹਾਂ ਸਰ। ਠੀਕ ਹੈ, ਸ਼ਾਮ 8 ਵਜੇ ਤੱਕ ਮੈਂ ਡਿਊਟੀ ਕਰਦਾ ਹਾਂ ਸਰ ਯਹਾਂ ਪਰ। ਅੱਛਾ, ਤੋ ਇਹ ਜਿਹੜੀ ਜਗ੍ਹਾ ਹੈ ਇਹ ਹੈ ਅਪਰ ਕਚੂਰਾ, ਅਪਰ ਕਚੂਰਾ ਹੈ ਸਰ। ਇੱਥੇ ਕੀ ਕੁਛ ਜਿਹੜੀਆਂ ਕਿ ਅਸੀਂ ਚੀਜ਼ਾਂ ਕਰ ਸਕਦੇ, ਐਕਟੀਵਿਟੀਜ਼ ਕਿਆ ਕੁਛ ਕਰ ਸਕਦੇ? ਮਸਲਨ ਆਪ ਬੋਟਿੰਗ ਕਰ ਸਕਦੇ ਸਰ ਯਹਾਂ ਅਪਰ ਕਚੂਰਾ ਮੈਂ ਜੀ, ਉਸਕੇ ਬਾਅਦ ਜੋ ਨਾ ਇਹ ਹੋਟਲ ਬੋਟਲ ਮੈਂ ਖਾਣਾ ਖਾ ਸਕਦੇ। ਅੱਛੀ ਬਾਤ, ਮਹਿਮਾਨ ਪੁਰਸਕੂਨ ਸੇ ਗੁੰਮ ਫਿਰ ਸਕਣੇ ਕੇ ਅੱਛੀ ਜਗ੍ਹਾ ਹੈ, ਬਹੁਤ ਖੂਬਸੂਰਤ ਜਗ੍ਹਾ ਹੈ ਸਰ। ਸਹੀ ਹੈ, ਤੇ ਜਿਪ ਲਾਈਨ ਵੀ ਹੈਗੀਆਂ ਜੇ, ਆਰਚਰੀ ਵੀ ਤੁਸੀਂ ਕਰ ਸਕਦੇ ਆ, ਖਾਨ ਸਾਹਿਬ ਇੱਥੇ ਰਹਿਣਗੇ, ਇਹਨਾਂ ਲਈ ਆਪਾਂ ਫਿਰ ਕੈਂਪਿੰਗ ਚੇਅਰ ਜਿਹੜੀ ਲਾਤੀ ਆ। ਤੁਸੀਂ ਇਸ ਲੋਕੇਸ਼ਨ ਦਾ, ਇਸ ਵਾਦੀਆਂ ਦਾ ਨਜ਼ਾਰੇ ਲੁੱਟੋ ਜੀ। ਮੈਨੂੰ ਪਤਾ ਜ਼ਾਰਾ ਤੁਸੀਂ ਵੀ ਕਰਨਾ। ਥੈਂਕ ਯੂ ਸੋ ਮਚ, ਚਲੋ ਅਸੀਂ ਆ ਗਏ। ਛੋਟੀਆਂ ਛੋਟੀਆਂ ਸ਼ੋਪਸ ਨੇ ਇੱਥੇ, ਇਹ ਦਰਵਾਜ਼ਾ ਵਧੇਗਾ ਕੜਕ ਕਰਕੇ। ਵਾਹ ਜੀ ਵਾਹ, ਕਿਆ ਅੱਛਾ ਜੀ, ਸਤਿ ਸ਼੍ਰੀ ਅਕਾਲ ਜੀ, ਕਿਆ ਹਾਲ ਹੈ ਜੀ? ਠੀਕ ਹੋ? ਅਸਲਾਮ ਵਾਲੇਕੁਮ। ਅਸੀਂ ਜਾ ਰਹੇ ਹਾਂ ਲੇਕ ਦੇ ਕੰਢੇ ਤੇ ਲੇਕ ਦਾ ਨਜ਼ਾਰਾ ਲੈਣ ਲਈ। ਲਿਖਿਆ ਵਾ ਵੈਲਕਮ ਟੂ, ਅੱਗੇ ਨਹੀਂ ਪਤਾ, ਜੇ ਕਿਸੇ ਨੂੰ ਸਮਝ ਆ ਰਹੀ ਹੈ ਤਾਂ ਕਮੈਂਟ ਬਾਕਸ ਵਿੱਚ ਦੱਸਿਓ ਇਹ ਕੀ ਲਿਖਿਆ, ਕਿਉਂਕਿ ਉਰਦੂ ਮੈਨੂੰ ਆਉਂਦੀ ਨਹੀਂ ਆ। ਮੈਨੂੰ ਲੱਗਦਾ ਕਿ ਇਹੋ ਲਿਖਿਆ ਹੋ ਸਕਦਾ ਵੈਲਕਮ ਟੂ ਕਚੂਰਾ ਲੇਕ। ਅੱਛਾ, ਆਪ ਯਹਾਂ ਸੇ ਲੋਕਲ ਹੋ?
अच्छा। तो ये मेरे साथ मलेशियन गेस्ट है ना, मैं इनको घुमाने लेके आया। अच्छा। अलेक्जिस होटल में भी मैंने आपको देखा था। जी। लेकिन वहाँ आप कुछ मसरूफ थे इसलिए मैंने आपको डिस्टर्ब नहीं किया, वरना मैं आपसे मिलना चाहता। चलो जी, अब हम मिल गए तो बड़ी मुझे भी खुशी हुई कि आपने, इतने लोग गुजरे हैं लेकिन आप गुजर रहे हो तो बुला रहे हो, तो दैट मीन्स कि मोहब्बत तो है। सर जी, ये तो आप लोगों की मोहब्बत। शुक्रिया जी, शुक्रिया कि हम लोग इस तरह, जो हमारे, आप समझे कि आप हमारे रिश्तेदार हैं। अरे वाह जी वाह। लेक की तरफ जा रहे हैं, राइट? सो इधर से जाना ही सबसे बेस्ट है। बेस्ट है, यहाँ से आप आराम से सीढ़ियों से नीचे उतर सकते हैं और आराम से आ सकते हैं। ठीक है, इंशाल्लाह फिर मुलाकात। शुक्रिया जी, शुक्रिया जी, खुदा आपसे। शुक्रिया, थैंक यू। ਉਹ ਲੇਕ ਦੇ ਕੋਲ ਅਸੀਂ ਜਾਣਾ। ਕਿੰਨਾ ਸੋਹਣਾ ਵਿਊ ਹੈ ਰੈਸਟੋਰੈਂਟ ਦਾ, ਜ਼ਬਰਦਸਤ। ਬੰਦਾ ਜਿੰਨਾ ਮਰਜ਼ੀ ਵੱਡਾ ਹੋ ਜਾਵੇ, ਰਹਿੰਦਾ ਬੱਚੇ ਦਾ ਬੱਚਾ ਹੀ ਆ। ਇਹ ਉਹ ਲੋਕਾਂ ਲਈ ਹੁੰਦਾ ਜਿਹੜੇ ਲੋਕ ਆਪਣਾ ਬਚਪਨ ਚੰਗੀ ਤਰ੍ਹਾਂ ਗੁਜ਼ਾਰ ਨਹੀਂ ਨਾ ਸਕੇ, ਉਹ ਫਿਰ ਇੱਦਾਂ ਬਚਪਨ ਕੱਢਦੇ ਨੇ। ਗਾਈਸ, ਇਹ ਆ ਉਹ ਲੇਕ ਜਿੱਥੇ ਲੋਕ ਆਪਣਾ ਲੁਤਫ ਲੈ ਰਹੇ ਨੇ। ਮਜ਼ੇਦਾਰ ਹੈ ਯਾਰ, ਪਹਾੜਾਂ ਦੇ ਵਿੱਚ ਘਿਰੀ ਹੋਈ ਛੋਟੀ ਜਿਹੀ ਲੇਕ, ਅਤੇ ਲੋਕ ਇੰਜੋਏ ਕਰ ਰਹੇ ਨੇ ਇਸ ਲੇਕ ਨੂੰ। ਆਪਾਂ ਵੀ ਚੱਲਦੇ ਹਾਂ ਜੀ ਇੰਜੋਏ ਕਰਨ, ਕੁਛ ਬੋਟ ਵਗੈਰਾ ਕਰਦੇ ਹਾਂ, ਕਿਉਂਕਿ ਪਾਣੀ ਦੇ ਅੰਦਰ ਜਾ ਕੇ ਇਸ ਖੂਬਸੂਰਤੀ ਨੂੰ ਨਿਹਾਰਨਾ ਹੋਰ ਜ਼ਿਆਦਾ ਵਧੀਆ ਹੋਵੇਗਾ। ਚਲੋ ਜੀ। ਅੱਛਾ ਜੀ, ਆਪਾਂ ਹੁਣ ਲੈ ਲੱਗੇ ਆ ਬੋਟ, ਕਿੰਨੇ ਦੇ ਵਿੱਚ ਆਪਣੀ ਜਿਹੜੀ ਡੀਲ ਫਾਈਨਲ ਹੋਈ ਹੈ? 3,000। 3,000 ਇਹ ਬੋਟ ਲੈ ਕੇ ਆਪਾਂ ਜਾਵਾਂਗੇ ਉਸ ਕਿਨਾਰੇ 'ਤੇ। ਬਾਕੀ ਸਭ ਠੀਕ ਹੈ। ਬੜੀ ਸੋਹਣੀ ਇੱਕ ਗੱਲ ਸੀ ਜਿਹੜੀ ਆਗਾ ਭਾਜੀ ਨੇ ਕੀ, ਦੱਸੋ ਭਾਜੀ ਫੇਰ ਦੁਬਾਰਾ। ਜੋ ਬੀਤ ਗਿਆ ਸੋ ਬੀਤ ਗਿਆ, ਜੋ ਬੀਤ ਰਹਾ ਹੈ ਉਸੇ ਹੱਸ ਕੇ ਬਿਤਾ। ਕਿਆ ਬਾਤ ਹੈ, ਸੋ ਅਬ ਹਮ ਹੱਸੇਂਗੇ, ਹੱਸੋ ਜੀ। ਭਾਜੀ ਦੇਖੋ, ਯੂਟਿਊਬ ਦੀ ਵੀਡੀਓ ਬਣਾਉਣ ਲਈ ਕੀ ਕੁਛ ਨੀ ਕਰਨਾ ਪੈਂਦਾ ਭਾਜੀ, ਕੀ ਕੁਛ ਨੀ ਕਰਨਾ ਪੈਂਦਾ। ਕਿੱਦਾਂ ਭਾਜੀ, ਕਿੱਦਾਂ ਦਾ ਐਕਸਪੀਰੀਅੰਸ ਸੀਗਾ? ਮੇਰਾ ਫਸਟ ਐਕਸਪੀਰੀਅੰਸ ਹੀ ਮਜ਼ਾ ਆ ਗਿਆ। ਸਵਾਲ ਲੈ ਆਤਾ ਭਾਜੀ, ਬਹੁਤ ਮਜ਼ਾ ਆਇਆ, ਲੇਕਿਨ ਮੈਨੂੰ ਕਹਿੰਦੇ ਤੂੰ ਘਬਰਾ ਗਿਆ, ਲਾਲ ਹੋ ਗਿਆ ਮੂੰਹ ਲਾਲ। ਆਈ ਆਲਵੇਸ ਲਵ ਬੋਟਿੰਗ। ਚੱਲ ਸਹੀ ਹੈ, ਜਦੋਂ ਐਸੇ 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 ਡ੍ਰਿਫਟ ਮਾਰਦਾ ਨਾ ਤਬ ਤਾਂ ਸਾਥੀ। ਬਟ ਆਈ ਵਾਂਟ ਟੂ ਟੈਲ ਯੂ, ਪਹਿਲੀ ਦਫਾ ਕ੍ਰੈਡਿਟ ਗੋਸ ਟੂ ਯੂ। ਕਲੈਪ ਕਲੈਪ ਗਾਇਸ ਕਲੈਪ, ਬਹੁਤ ਆਲਾ, ਬਹੁਤ ਵਧੀਆ।
ਜਦੋਂ ਤੁਸੀਂ ਲੋਕਲ ਕਿਤੇ ਵੀ ਜਾਓ ਤਾਂ ਉੱਥੋਂ ਸਮਾਨ ਜ਼ਰੂਰ ਖਰੀਦਣਾ ਚਾਹੀਦਾ, ਅਤੇ ਇਸ ਕਰਕੇ ਆਪਾਂ ਖਰੀਦਣ ਲੱਗੇ ਹਾਂ। ਕੀ ਖਰੀਦੀਏ ਬਈ ਨੌਜਵਾਨੋ? ਮੈਂ ਤਾਂ ਖਰੀਦਿਆ ਹਨੀ। ਅੱਛਾ, ਨਾਲ ਉਹਨਾਂ ਨੇ ਤੋਹਫਾ ਦਿੱਤਾ ਮੈਨੂੰ, ਕਹਿੰਦੇ ਸ਼ੂਗਰ ਵਾਸਤੇ ਜਿਹੜਾ ਨਾ ਕਾਵਾ ਬਣਾ ਕੇ ਪੀਓ, ਬਹੁਤ ਵਧੀਆ ਹੈ। ਵਾਹ ਜੀ ਵਾਹ। ਸਪੈਕਥੋਨ, ਸਪੈਕਥੋਨ ਸਪੈਕਥੋਨ ਦਾ ਨਾਮ ਹੈ। ਅੱਛਾ, ਇਹ ਇੱਥੇ ਪਾਇਆ ਜਾਂਦਾ? ਹਾਂ ਸਰ ਜੀ, ਕੋਈ ਜੜੀ ਬੂਟੀ ਹੈ? ਕਿਸੇ ਜੜੀ ਬੂਟੀ ਹੈ? ਜੜੀ ਬੂਟੀ। ਅੱਛਾ, ਜੜੀ ਬੂਟੀ ਹੈ? ਜੀ ਸਰ। ਠੀਕ 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 ਠੀਕ, ਕੀ ਬਾਤ। ਚਲੋ ਫਿਰ ਇੱਕ ਅਸੀਂ ਆ એનર્ਜੀ ਬਾਰ ਲੈ ਲੈਨੇ ਆ ਤੁਹਾਡੇ ਕੋਲੋਂ। ਯੈਸ ਸਰ, ਜਿੱਥੇ ਸਰ। ਚਲੋ એનર્ਜੀ ਬਾਰ ਲੈ ਲਿਆ। ਹੋਰ ਕੀ ਲੈ ਲਈਏ? ਆ ਲੈ ਲੈਨੇ ਆ ਅਬੂ ਜੀ ਹੁਣਾਂ ਵਾਸਤੇ, ਆਹ ਲੈ ਲੈਂਦੇ ਹਾਂ। ਮੈਂ ਕਿਤੇ ਲੋੜ ਪਈ ਦੇ ਛਕ ਲਿਆ ਕਰਾਂਗੇ। ਲਓ ਜੀ ਆ ਦੇ ਤੂੰ ਸਾਰਾ ਕੁਛ, ਉਹ ਵੀ ਪਾ ਦੇ ਨਾਲ ਹੀ। ਹੋ ਗਿਆ, ਹੋ ਗਿਆ, ਡਨ ਡਨ। ਔਰ ਪ੍ਰਾਈਸ ਸਹੀ ਲਗਾਉਣਾ, ਉਸਕਾ ਰੀਜ਼ਨ ਕਿਆ ਹੈ ਮੈਂ ਬਤਾਤਾ ਹੂੰ ਆਪਕੋ। ਯੇ ਯੂਟਿਊਬ ਪਰ ਜਾਨੀ ਹੈ ਔਰ ਲੋਕਲ ਲੋਗੋਂ ਨੇ ਵੀ ਦੇਖਣਾ ਹੈ। ਲੋਗੋਂ ਨੇ ਵੀ ਦੇਖਣਾ ਹੈ। ਜਹਾਂ ਬੈਨਸ ਸਰ, ਲੋਗ ਆਏਗੇ ਆਪਕੋ। ਹਾਂ ਠੀਕ ਹੈ, ਚਲੋ ਬਤਾਓ ਜੀ ਇਹ ਕਿਤਨੇ ਕਾ ਹੈ? ਯੇ ਹੈ ਸਰ, ਹਮ 500 ਕਾ, ਆਪਕੋ 450। ਯੇ ਕਿਤਨੇ? 500 ਗ੍ਰਾਮ ਹੈ? ਯੇ ਜੀ ਸਰ, 500 ਗ੍ਰਾਮ। 500 ਗ੍ਰਾਮ ਹੋ ਗਿਆ ਆਪਨੇ 450 ਗ੍ਰਾਮ। ਯੇ ਕਿਤਨੇ ਕਾ? ਯੇ 500 ਗ੍ਰਾਮ ਸਰ। 500 ਗ੍ਰਾਮ ਕਿਤਨੇ ਕਾ? ਯੇ 1700 ਰੁਪਏ ਕੇ। ਠੀਕ ਹੈ, ਤੋ 1700 ਕਾ ਹੀ ਦੇਣਾ ਹੈ। 1600। ਚਲੋ 1600 ਰੁਪਏ ਮਰ ਗਏ। ਠੀਕ ਹੈ ਜੀ, ਯੇ ਕਿਤਨੇ ਕਾ ਹੈ? ਯੇ ਸਰ ਹਮ ਦੇਤੇ 200 ਰੁਪਏ ਕਾ। ਠੀਕ ਹੈ, ਕੋ ਰੱਖेंगे 190 ਰੁਪਏ ਬਸ। ਠੀਕ ਹੈ, ਚਲੋ ਸਹੀ ਹੋ ਗਿਆ। ਤੋ ਵੋ ਯੇ ਚੀਜ਼ੇ ਬਤਾਓ। ਯੇ ਹੋ ਗਿਆ ਭਾਜੀ, ਯੇ ਤੋ ਹੋ ਗਿਆ। ਹਾਂ, ਚੱਪੀ ਹੋਣੇ ਸੇ ਫੜੋ ਅੱਜ ਭਾਜੀ। ਆ ਲਓ ਜੀ, ਲੈ ਲੈਣੇ ਚੱਪੀ। ਅੱਲਾ ਨਾ ਜੀ, ਅੱਲਾ ਜੀ। ਓਏ, ਇਹ ਕਿਤੇ ਚੱਪੀ ਆ ਗਈ ਮਗਰੋਂ ਦੀ? ਚੱਪੀ ਵੱਡੀ ਹੋ ਗਈ। ਅੱਛਾ ਜੀ, ਸ਼ੁਕਰੀਆ ਜੀ, ਥੈਂਕ ਯੂ ਸਰ, ਬਹੁਤ ਸ਼ੁਕਰੀਆ। ਇਹ ਦੇਖੋ, ਚਿਹਰੇ ਤੇ ਖੁਸ਼ੀ ਦੇਖੋ। ਇਹ ਅੱਛੀ ਵਾਲੀ ਖੁਸ਼ੀ ਆ। ਅੱਛਾ, ਜ਼ਰੂਰੀ ਨਹੀਂ ਕਿ ਸਮਾਨ ਖਰੀਦਿਆ। ਵੈਸੇ ਯਾਰ, ਜਦੋਂ ਇੱਕ ਸਰ ਇਹ ਸਮਾਨ ਬਹੁਤ ਹੀ ਆ ਰਿਹਾ ਤੇਰੇ, ਇਹ ਖੁਸ਼ੀ ਆ। ਜ਼ਿੰਦਗੀ ਹੋਣੀ ਚਾਹੀਦੀ, ਜ਼ਿੰਦਗੀ ਹੋਣੀ ਚਾਹੀਦੀ। ਠੀਕ ਹੈ, ਜ਼ਿੰਦਗੀ ਹੈ ਤਾਂ ਸਭ ਕੁਝ ਹੈ, ਬਸ ਸਭ ਕੁਝ ਹੈ। ਜਿੱਥੇ ਕਿ ਸਾਰੇ ਰਹਿ ਸਕਣ। ਤੁਹਾਨੂੰ ਪਤਾ, ਆਪਾਂ ਤੇ ਅੱਜ ਕੱਲ ਕੈਂਪਰ 'ਚ ਹੀ ਰਹਿ ਰਹੇ ਹਾਂ, ਕਿਉਂਕਿ ਯਾਰ ਕੈਂਪਰ ਨੂੰ ਚੂਜ਼ ਕਰਨ ਦਾ ਇੱਥੇ ਆਣ ਕੇ ਅਸਲ 'ਚ ਪਤਾ ਲੱਗਾ, ਕਿਉਂਕਿ ਜਦੋਂ ਵੈਦਰ ਹੁੰਦਾ ਉਹ ਬਿਲਕੁਲ ਸਹੀ, ਅਤੇ ਕੈਂਪਰ ਦੇ ਵਿੱਚ ਜੋ ਰੈਸਟ ਕਰਨ ਦਾ ਮੌਕਾ ਮਿਲਦਾ ਫ੍ਰੀ ਆਫ ਕੋਸਟ, ਉਹਦੇ ਨਜ਼ਾਰੇ ਕੁਛ ਵੱਖਰੇ ਹੁੰਦੇ ਆ। ਸੋ ਮੇਰੇ ਨਾਲ ਦੇ ਜਿੰਨੇ ਵੀ ਮੈਂਬਰ ਨੇ, ਇਹ ਪਰ ਹੋਟਲ ਜਿਹੜਾ ਹੈ ਇਹ ਲੈਂਦੇ ਨੇ 30,000-35,000 ਯੂਰੋ, ਸੋਰੀ ਪਾਕਿਸਤਾਨੀ ਕਰੰਸੀ। ਦੈਟ ਮੀਨਸ ਕਿ 70,000 ਦਾ ਜੇ ਇਹ ਹੋਟਲ ਰੂਮ ਲੈਂਦੇ, ਤਾਂ ਆਪਾਂ ਉਸੇ ਹੀ ਰੂਮ ਦੇ ਸਾਹਮਣੇ ਆਪਣੇ ਰੂਮ 'ਚ ਫ੍ਰੀ ਆਫ ਕੋਸਟ ਰਹਿੰਦੇ ਹਾਂ। ਅੱਜ ਦੀ ਸਟੇਅ ਅਸੀਂ ਕਰਨ ਲੱਗੇ ਹਾਂ ਅਪਰ ਕਚੂਰਾ ਲੇਕ ਦੇ ਲਾਗੇ, ਇੱਕ ਛੋਟਾ ਜਿਹਾ ਵਿਲੇਜ ਆ ਜੰਬਖਾ ਨਾਮ ਦਾ। ਇੱਥੇ ਅੱਜ ਅਸੀਂ ਸਟੇਅ ਕਰਾਂਗੇ। ਨੈਕਸਟ ਵਲੌਗ 'ਚ ਮੈਂ ਦਿਖਾਵਾਂਗਾ ਤੁਹਾਨੂੰ ਚੰਗੀ ਤਰ੍ਹਾਂ ਸਟੇਅ ਵਾਲੀ ਜਗ੍ਹਾ, ਅਤੇ ਤੁਸੀਂ ਦੇਖੋਗੇ ਕਿ ਜੰਬਕਾ ਦੇ ਬੱਚੇ ਘੁਮਾਉਣਗੇ ਆਪਣਾ ਪਿੰਡ। ਦੈਨ ਅਸੀਂ ਜਾਵਾਂਗੇ ਟੋਇਟਾ ਲੈਂਡ ਕਰੂਜ਼ਰ ਦੇ ਨਾਲ ਆਫ ਰੋਡ ਲੋਕੇਸ਼ਨਸ 'ਤੇ। ਸਾਡੀ ਥਰਡ ਲੋਕੇਸ਼ਨ, ਕਹਿੰਦੇ ਇੱਦਾਂ ਨਹੀਂ ਜਾਣ ਦੇਣਾ ਤੁਹਾਨੂੰ, ਸਫਾਰੀ ਰਿਜ਼ੋਰਟ, ਇੱਥੇ ਵੀ ਘੁਮਾ ਕੇ ਛੱਡਣਾ ਯਾਰ। ਅੱਛਾ ਬਾਈ, ਸ਼ਰਤ ਲੱਗੀ ਸੀਗੀ ਕਿ ਉੱਧਰ ਇੱਕ ਪੂਰੀ ਵੱਡੀ ਫੈਮਿਲੀ ਆ ਜੋ ਕਿ ਆਪਣਾ ਇੰਜੋਏ ਕਰ ਰਹੇ ਨੇ, ਕੁਕਿੰਗ ਕਰ ਰਹੇ ਨੇ, ਛੱਕ ਰਹੇ ਨੇ, ਅਤੇ ਇਹਨਾਂ ਨੇ ਜਿਹੜਾ ਕਿ ਚੈਲੇਂਜ ਦਿੱਤਾ ਸੀਗਾ ਕਿ ਕੌਣ ਜਾ ਕੇ ਉਹਨਾਂ ਕੋਲ ਬਿਰਿਆਨੀ ਮੰਗੂਗਾ। ਸੋ ਜਨਾਬ, ਨੈਕਸਟ ਵਲੌਗ ਬਹੁਤ ਜ਼ਿਆਦਾ ਇੰਟਰਸਟਿੰਗ ਹੋਣ ਵਾਲਾ ਹੈ। ਅਜੇ ਤਾਂ ਸ਼ਾਮ ਨੂੰ ਪੁਲਿਸ ਨੇ ਵੀ ਆਉਣਾ ਹੈ, ਜਿਨ੍ਹਾਂ ਨੇ ਆਣ ਕੇ ਸਾਨੂੰ ਹੋਟਲ 'ਚ ਸਨਮਾਨਿਤ ਕਰਨਾ ਹੈ।
ਫਿਲਹਾਲ ਅੱਜ ਦਾ ਵਲੋਗ ਇੱਥੇ ਐਂਡ ਕਰਦੇ ਹਾਂ। ਤੁਸੀਂ ਯਾਰ ਖੁਸ਼ ਰਹੋ, ਆਬਾਦ ਰਹੋ, ਜ਼ਿੰਦਗੀ ਦੇ ਆਨੰਦ ਮਾਣਦੇ ਰਹੋ। ਮਿਲਦੇ ਹਾਂ ਫਿਰ ਨੈਕਸਟ ਵਲੋਗ 'ਚ।